ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ, ਕਿਉਂਕਿ ਮੈਂ ਤਾਂ ਬਹੁਤ ਐਕਸਾਈਟਿਡ ਹਾਂ, ਕਿਉਂਕਿ ਅੱਜ ਅਸੀਂ ਪੰਜਾਬੀ ਗੋਟ ਲੈਜੈਂਡ ਦਲਜੀਤ ਦੋਸਾਂਝ ਭਾਅ ਜੀ ਦੇ ਸ਼ੋਅ 'ਤੇ ਜਾ ਰਹੇ ਹਾਂ, ਅਤੇ ਅਸੀਂ ਬਹੁਤ ਐਕਸਾਈਟਿਡ ਹਾਂ। ਮੈਂ ਤਿਆਰ ਹੋ ਗਿਆ, ਅਤੇ ਅੱਜ ਦੇਖਦੇ ਹਾਂ ਕੀ ਮਾਹੌਲ ਆ ਉੱਥੇ ਜਾ ਕੇ। ਹੁਣ ਅਸੀਂ ਜੀ ਅਸੀਂ ਭੰਗੜਾ ਅਕੈਡਮੀ 'ਚ ਆਏ ਹਾਂ, ਜਿੱਥੇ ਮੇਰਾ ਕੋਚ ਗੁਰਸ਼ੇਰ ਸਿੰਘ ਹੀਰ, ਜਿਨ੍ਹਾਂ ਨੇ ਮੈਨੂੰ ਇੰਨਾ ਸੋਹਣਾ ਭੰਗੜਾ ਸਿਖਾਇਆ ਗਾ, ਉਹਨਾਂ ਨੇ ਅੱਜ ਮੈਂ ਦੇਖੂੰਗਾ ਦਲਜੀਤ ਦੋਸਾਂਝ ਨਾਲ ਪਰਫੋਰਮ ਕਰਨਗੇ। ਦੇਖਦੇ ਹਾਂ, ਆ ਜਾਓ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਤਿਆਰੀਆਂ ਕਿਵੇਂ ਚੱਲ ਰਹੀਆਂ। ਅਸੀਂ ਹੁਣ ਆ ਗਏ ਹਾਂ, ਅਸੀਂ ਥੋੜ੍ਹਾ ਜਿਹਾ ਅਰਲੀ ਆ ਗਏ ਸੀਗੇ ਐਕਸਾਈਟਮੈਂਟ ਵਿੱਚ, ਅਤੇ ਅਸੀਂ ਹੁਣ ਬਾਹਰ ਵੇਟ ਕਰ ਰਹੇ ਹਾਂ। ਤਾਲੀ ਗਾਂਦੀ ਲੱਖ ਮਸਤਾਨੀ ਕਾਉਂਦੀ ਕਾਰਾਰੀ ਤੇਰ ਕਰਕੇ ਉਹ ਜੱਟ ਵੈਲੀ ਜੱਟ ਵੈਲੀ ਜੱਟ ਵੈਲੀ ਹੋ ਗਿਆ ਕਾਰਾਰੀ ਤੇਰੇ ਕਰਕੇ ਪਹੁੰਚ ਗਏ। ਸਾਡੀ ਸੀਟ ਵੀ ਬਹੁਤ ਨੇੜੇ ਮਿਲ ਗਈ, ਅਸੀਂ ਬਹੁਤ ਜ਼ਿਆਦਾ ਲੱਕੀ ਹਾਂ। ਜੱਟ ਵੈਲੀ ਹੋ ਗਿਆ
ਮੈਂ ਅੱਗੇ ਭੰਗੜਾ ਪਾ ਰਿਹਾ ਸੀਗਾ ਅਤੇ ਉਹਨਾਂ ਨੇ ਮੈਨੂੰ ਆਪਣੇ ਗਲਵਸ ਅਤੇ ਆਪਦਾ ਜੈਕਟ ਸਿੱਟੀ ਆ ਦੇਖੋ ਹੁਣ ਬ੍ਰੇਕ ਸ਼ੁਰੂ ਹੋਈ ਆ ਅਤੇ ਮੈਨੂੰ ਦਲਜੀਤ ਦੋਸਾਂਝ ਨੇ ਕੋਟੀ ਅਤੇ ਗਲਵਸ ਦਿੱਤੇ ਆ ਮੈਂ ਬਹੁਤ ਜ਼ਿਆਦਾ ਹੈਪੀ ਹਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਹ ਪੱਗ ਦੀ ਸ਼ਾਨ ਇਹਦੇ ਬਰਕਰਾਰ ਰਹਿਣੀਆਂ ਹਮੇਸ਼ਾ ਇਹ ਤਾਂ ਮੈਨੂੰ ਪਤਾ ਇਹ ਸ਼ੁਰੂ ਤੋਂ ਇੱਦਾਂ ਹੁੰਦਾ ਆਇਆ ਪਤਾ ਨਹੀਂ ਕਿਉਂ ਪਰ ਅਸੀਂ ਤਾਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਅੱਜ ਮੈਂ ਫਿਰ ਇਸ ਸਟੇਜ ਤੋਂ ਇਹੀ ਸੰਦੇਸ਼ ਦਿੰਦਾ ਕਿ ਅਸੀਂ ਪੰਜਾਬੀ ਸਾਰਿਆਂ ਨੂੰ ਹੀ ਪਿਆਰ ਕਰਦੇ ਹਾਂ ਤਾਂ ਕਿੰਨਾ ਸੋਹਣਾ ਲੱਗਦਾ ਜ਼ੋਰਦਾਰ ਤਾੜੀਆਂ ਮੁੰਡਿਆਂ ਨੇ ਪੱਕਾ ਪੋਚ ਦੀਆਂ ਵਾਲੇ ਨਹੀਂ ਬਚ ਕੇ ਨੀ ਰੰਗਲੇ ਨੀਆਗ ਪੱਕਾ ਪੋਚ ਦੀਆਂ ਤੈਨੂੰ ਬਾਹਲੀ ਲੰਬੀ ਉਮਰ ਦੇਵੇ ਤੇ ਤੂੰ ਬੜਾ ਵੱਡਾ ਆਰਟਿਸਟ ਬਣੇ ਸ਼ੋਅ ਖਤਮ ਹੋ ਗਿਆ ਤੇ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੈਨੂੰ ਇੰਨਾ ਸੋਹਣਾ ਮੌਕਾ ਦਿੱਤਾ ਗਿਆ ਸਟੇਜ 'ਤੇ ਮੈਂ ਬਹੁਤ ਹੈਪੀ ਹਾਂ ਅਤੇ ਮੈਂ ਐਕਸਪ੍ਰੈਸ ਨਹੀਂ ਕਰ ਸਕਦਾ ਵੀ ਮੈਂ ਇੰਨਾ ਖੁਸ਼ ਹਾਂ ਅਤੇ ਦਲਜੀਤ ਭਾਅ ਜੀ ਦਾ ਬਹੁਤ 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 ਜ਼ਿਆਦਾ ਥੈਂਕ ਯੂ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਇੰਨਾ ਵਧੀਆ ਮੌਕਾ ਦਿੱਤਾ ਗਾ ਅਤੇ ਆਪਾਂ ਮਿਲਦੇ ਹਾਂ ਸਾਰੇ ਅਗਲੀ ਵੀਡੀਓ ਵਿੱਚ ਜਿਹਦੇ ਵਿੱਚ ਇੱਕ ਛੋਟਾ ਜਿਹਾ ਸਰਪ੍ਰਾਈਜ਼ ਆ ਅਤੇ ਬਹੁਤ ਵਧੀਆ ਵੀਡੀਓ ਹੋਊਗੀ ਤਾਂ ਹੀ ਸਾਰੇ ਦੇਖਿਓ ਧੰਨਵਾਦ